ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ? ਅਮਰੀਕਾ ਤਾਂ ਬਿਲਕੁਲ ਠੀਕ ਹੋਵੋਂਗੇ। ਤਾਂ ਰਾਜੇ, ਅੱਜ ਤੁਹਾਡੇ ਵਾਸਤੇ ਲੈ ਕੇ ਆਏ ਕਲਾਸ ਨੰਬਰ 15, ਜਿਹਦੇ ਵਿੱਚ ਆਪਾਂ ਪੰਜਾਬ ਪੁਲਿਸ ਦੇ TCS ਦੇ ਪ੍ਰੀਵੀਅਸ ਈਅਰ ਦੇ PSSSB ਦੇ ਵਿੱਚ ਜਿਹੜੇ ਇੰਪੋਰਟੈਂਟ ਪ੍ਰਸ਼ਨ ਜਿਹੜੇ ਵਾਰੀ ਵਾਰੀ ਰਿਪੀਟ ਹੋਏ ਹੋਏ ਉਹਨਾਂ ਦੀ ਕਲਾਸ ਲੈ ਕੇ ਆਉਣੇ ਹੁੰਦੇ ਆ। ਅੱਜ ਆਪਣੀ 15ਵੀਂ ਕਲਾਸ ਆ ਰਾਜੇ, ਠੀਕ ਹੈ ਜੀ? ਅਤੇ ਚਲੋ ਚੱਲਦੇ ਅੱਜ ਦੇ ਪਹਿਲੇ ਪ੍ਰਸ਼ਨ 'ਤੇ। ਉਸ ਤੋਂ ਪਹਿਲਾਂ ਰਾਜੇ, ਤੁਹਾਨੂੰ ਮੈਂ ਦੱਸਣਾ ਚਾਹੁੰਦਾਗਾ ਜੇ ਕੋਈ ਕੈਂਡੀਡੇਟ ਰਾਜੇ ਪੰਜਾਬ ਪੁਲਿਸ ਪਟਵਾਰੀ ਕਲਰਕ BDO ਗਰੁੱਪ D ਇਹਨਾਂ ਦੇ ਵਿੱਚ ਸਾਰੇ ਬੈਚਾਂ ਦੀ ਤਿਆਰੀ ਕਰਨਾ ਚਾਹੁੰਦਾ, ਆਪਣਾ ਕੋਈ ਵੀ ਬੈਚ ਰਾਜੇ, ਤੁਸੀਂ ਇਹਨਾਂ ਵਿੱਚੋਂ ਤੁਸੀਂ ਪੰਜਾਬ ਦਾ ਕੋਈ ਵੀ ਬੈਚ ਆਪਣੀ ਐਪ ਤੋਂ ਲੈ ਸਕਦੇ ਹੋ। ਆਪਣੇ ਕੋਲ ਐਂਡਰਾਇਡ ਵਾਲੇ ਬੱਚਿਆਂ ਕੋਲ ਤਾਂ ਐਪ ਹੈਗਾ ਦੀਪ ਲੋਰ ਐਜੂਕੇਸ਼ਨ ਆ, ਜਿੰਨਾ ਬੱਚਿਆਂ ਕੋਲ ਆਈਫੋਨ ਆ ਰਿਹਾ ਜੀ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਅਤੇ ORG ਕੋਡ ਫਿਲ ਕਰਨਾ DXRAM। ਜੇਕਰ ਕਿਸੇ ਕੈਂਡੀਡੇਟ ਨੂੰ ਕੋਈ ਪ੍ਰੋਬਲਮ ਆਉਂਦੀ ਐਪ ਪ੍ਰਤੀ, ਆਹ ਨੰਬਰ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ। ਇਹ ਬੈਚ ਦੇ ਵਿੱਚ ਰਾਜੇ ਸਾਰੀਆਂ ਕਲਾਸਾਂ ਤੁਹਾਨੂੰ 0 level ਤੋਂ ਮਿਲਣਗੀਆਂ ਅਤੇ ਮੈਥ ਅਤੇ ਇੰਗਲਿਸ਼ ਤੁਹਾਨੂੰ ਟ੍ਰਿਕਸ ਦੇ ਨਾਲ ਕਰਵਾਇਆ ਜਾਂਦਾ ਹੈਗਾ, ਠੀਕ ਹੈ ਜੀ? ਅਤੇ ਇਹਦੇ ਵਿੱਚ ਰਾਜੇ ਤੁਹਾਨੂੰ PDF ਮਿਲਣਗੇ ਅਤੇ ਆਰਟ ਸਬਜੈਕਟਾਂ ਦੇ ਕੀ ਮਿਲਣਗੇ, ਲੈਕਚਰ ਮਿਲਣਗੇ। ਤੁਹਾਨੂੰ ਵਾਰੀ ਵਾਰ ਕਹਿਣਾ ਚਾਹੁੰਦਾ ਰਾਜੇ, ਬਿਲਕੁਲ 0 level ਤੋਂ ਹੈ, ਇਸ ਤੋਂ 0 level ਤੋਂ ਤੁਹਾਨੂੰ ਕਿਤੇ ਕੋਈ ਕੰਟੈਂਟ ਨਹੀਂ ਮਿਲਣਾ। ਜਿਹੜੇ ਬੱਚੇ ਪਹਿਲੀ ਵਾਰ ਤਿਆਰੀ ਕਰ ਰਹੇ ਉਹਨਾਂ ਵਾਸਤੇ ਤਾਂ ਇਹ ਬਹੁਤ ਜ਼ਿਆਦਾ ਸਫੀਸ਼ੈਂਟ ਹੈ। ਕਿਸੇ ਵੀ ਇੱਕ ਬੈਚ ਤੋਂ ਤੁਸੀਂ ਪੰਜਾਬ ਦੇ ਸਾਰੇ ਪੇਪਰ ਦੀ ਤਿਆਰੀ ਕਰ ਸਕਦੇ ਹੋ। ਬਾਕੀ ਰਾਜੇ, ਕੰਟੈਂਟ ਦੀ ਆਪਣੀ 100% ਗਰੰਟੀ ਹੁੰਦੀ ਹੈ, ਸਾਰਾ ਸਿਲੇਬਸ ਤੁਹਾਨੂੰ ਉਹੀ ਕਰਵਾਇਆ ਜਾਂਦਾ ਜਿਹੜਾ ਪੇਪਰ ਦੇ ਵਿੱਚ ਤੁਹਾਨੂੰ ਆਊਗਾ, ਠੀਕ ਹੈ? ਜਲਦੀ ਜਲਦੀ ਬੈਚ ਪਰਚੇਜ ਕਰਕੇ ਆਪਦਾ ਤੁਸੀਂ ਸਟੱਡੀ ਕੰਟੀਨਿਊ ਕਰ ਸਕਦੇ ਹੋ। ਪਹਿਲੇ ਪ੍ਰਸ਼ਨ 'ਤੇ ਚੱਲਦੇ ਹਾਂ ਰਾਜੇ। ਕਹਿੰਦੇ ਗੁਰਦੁਆਰਾ ਮਾਤਾ ਕੌਲਾਂ ਜੀ ਪੰਜਾਬ ਦੇ ਕਿਹੜੇ ਸ਼ਹਿਰ ਦੇ ਵਿੱਚ ਸਥਿਤ ਹੈ, ਠੀਕ ਹੈ ਜੀ? ਤਾਂ ਇਹੋ ਜਿਹੇ ਪ੍ਰਸ਼ਨ ਰਾਜੇ ਪਿਛਲੀ ਵਾਰ TCS ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇ ਸੀ ਅਤੇ ਕਾਫੀ ਕੈਂਡੀਡੇਟ ਉਹਨਾਂ ਨੂੰ ਛੱਡਿਆ ਸੀ। ਵੈਸੇ ਤੁਹਾਨੂੰ ਮੈਂ ਸਾਰੇ ਕਰਵਾਏ ਹੋਏ ਆ ਜਿਹੜੇ ਆਪਣੇ ਲੈਕਚਰ ਲੱਗੇ ਹੋਏ ਆ ਨਾ ਆਪਣੇ ਉਹਦੇ ਐਪ ਦੇ ਉੱਪਰ, ਉਹਦੇ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਕਵਰ ਕੀਤੀਆਂ ਹੋਈਆਂ, ਮੇਲੇ ਤਿਉਹਾਰ A to Z ਸਾਰੀਆਂ ਚੀਜ਼ਾਂ, ਠੀਕ ਹੈ ਜੀ? ਤਾਂ ਇਹ ਭਾਈ ਸਾਹਿਬ ਮਨਾਇਆ ਜਾਂਦਾ ਜੀ ਆਪਣੇ ਕਿੱਥੇ ਗੁਰਦੁਆਰਾ, ਇਹ ਹੈਗਾ ਅੰਮ੍ਰਿਤਸਰ ਵਿਖੇ ਸਥਿਤ, ਆਪਣੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਥਿਤ ਹੈਗਾ, ਇਹ ਗੱਲ ਯਾਦ ਰੱਖਣੀ ਹੈਗੀ। ਇਸ ਤੋਂ ਬਾਅਦ ਜੀ ਆਹ ਪ੍ਰਸ਼ਨ ਇਹਨਾਂ ਨੇ ਪਤਾ ਕਿਹੜੇ ਹਿਸਾਬ 'ਤੇ ਚੱਕਿਆ ਹੋਇਆ, SSC ਦਾ ਪ੍ਰਸ਼ਨ ਹੈਗਾ, ਚਲੋ ਫਿਰ ਵੀ ਤੁਹਾਨੂੰ ਮੈਂ ਕਰਵਾ ਦਿੰਦਾਗਾ। ਕਹਿੰਦੇ ਜੀ ਅਮਰੀਕਾ ਦੀ ਵਾਤਾਵਰਨ ਸੁਰੱਖਿਆ ਏਜੰਸੀ, ਆਹ ਦੇਖੋ ਜੀ US ਇਨਵਾਇਰਮੈਂਟ ਪ੍ਰੋਟੈਕਸ਼ਨ ਏਜੰਸੀ, ਜਿਹੜੀ ਕਿ 1972 ਵਿੱਚ ਕੀ ਹੋਇਆ ਸੀ, ਪੰਛੀਆਂ ਦੀ ਪ੍ਰਤੀਪਕਤਾ ਨੂੰ ਖਤਰੇ ਵਿੱਚ ਪਾਉਣ ਅਤੇ ਮਨੁੱਖੀ ਆਬਾਦੀ ਨੂੰ ਨਿਊਰੋਲੋਜੀਕਲ ਵਿਕਾਰ ਅਤੇ ਕੈਂਸਰ ਪੈਦਾ ਕਰਨ ਲਈ ਕਿਸ ਕੀਟਨਾਸ਼ਕ 'ਤੇ ਪਾਬੰਦੀ ਲਗਾਈ ਗਈ ਸੀ? ਰਾਜੇ ਉਦੋਂ ਇੱਕ ਕੀਟਨਾਸ਼ਕ ਦਵਾਈ ਸੀ ਜਿਹੜੀ ਕਿ ਆਪਾਂ ਇਨਸੈਕਟੀਸਾਈਡ ਜਿਹੜੀਆਂ ਆਪਾਂ ਮਤਲਬ ਝੋਨੇ ਦੇ ਵਿੱਚ, ਕਣਕ ਦੇ ਵਿੱਚ, ਕਾਫੀ ਦੇ ਵਿੱਚ ਵਰਤਦੇ ਆ ਕਿ ਕੀਟਨਾਸ਼ਕਾਂ ਨੂੰ ਖਤਮ ਕਰਨ ਵਾਸਤੇ। ਤਾਂ ਉਹ ਸਮੇਂ ਦੇ ਵਿੱਚ ਰਾਜੇ 1972 ਦੇ ਵਿੱਚ ਇੱਕ ਇਹ ਜੀ ਮਤਲਬ ਕੀਟਨਾਸ਼ਕ ਦਵਾਈ 'ਤੇ ਪਾਬੰਦੀ ਲਾਈ ਸੀ, ਕੀ ਹੋ ਗਿਆ ਸੀ ਉਹਨਾਂ ਨਾਲ, ਤਾਂ ਸਾਰੇ ਪੰਛੀ ਮਰਨ ਲੱਗ ਗਏ ਸੀ ਅਤੇ ਜਿਹੜੇ ਹਿਊਮਨ ਸੀ ਜਿਵੇਂ ਆਪਾਂ ਲੋਕ ਹੈਗੇ ਉਹਨਾਂ ਦੇ ਦਿਮਾਗ 'ਤੇ ਇਹੋ ਜਿਹਾ ਇਫੈਕਟ ਪੈਣ ਲੱਗ ਗਿਆ ਸੀ ਜਿਹਦੇ ਕਰਕੇ ਬਿਮਾਰ ਦੀਆਂ, ਬ੍ਰੇਨ ਕੈਂਸਰ ਅਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਚੱਲਣ ਲੱਗ ਗਈਆਂ ਸੀ। ਬਾਅਦ ਵਿੱਚ ਜਦੋਂ ਇਹਨੂੰ ਪਤਾ ਲੱਗਿਆ ਕਿ ਕਿਹਦੇ ਕਾਰਨ ਇਹ ਬਿਮਾਰੀ ਹੋ ਰਹੀ ਹੈ, ਉਹ ਹਵਾ ਦੇ ਵਿੱਚ ਇਨਸੈਕਟੀਸਾਈਡ ਫੈਲਣ ਕਰਕੇ ਸਾਹ ਰਾਹੀਂ ਜਦੋਂ ਕੋਈ ਅੰਦਰ ਜਾਂਦੀ ਸੀ ਤਾਂ ਉਹ ਨਾਲ ਇਹ ਬਿਮਾਰੀਆਂ ਮਤਲਬ ਲੱਗ ਜਾਂਦੀ ਸੀ। ਉਹ ਕਿਹੜਾ ਉਹ ਸੀ ਰਾਜੀ ਕੀਟਨਾਸ਼ਕ ਸੀ, ਉਹ ਹੈਗਾ ਸੀ ਡਿਕਲੋਰੋ ਡਾਈਫੈਨੀ ਟ੍ਰਾਈਕਲੋਥਾਨੋ, ਠੀਕ ਹੈ ਜੀ? ਆਹ B ਨੰਬਰ ਆਪਸ਼ਨ, ਇਹ ਪ੍ਰਸ਼ਨ ਆਇਆ ਹੋਇਆ ਰਾਜੇ ਆਪਣੇ, ਠੀਕ ਹੈ ਜੀ? ਚਲੋ, ਕਹਿੰਦੇ ਜੀ 2023 ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ, ਠੀਕ ਹੈ ਜੀ, ਪੰਜਾਬ ਦੇ ਵਿੱਚ ਇੱਕ ਕੀ ਹੋਇਆ ਸੀ, ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਬਮਿਟ ਹੋਈ ਸੀ ਕਿ ਪੰਜਾਬ ਦੇ ਵਿੱਚ ਲੋਕ ਵੱਧ ਤੋਂ ਵੱਧ ਆ ਕੇ ਇਨਵੈਸਟ ਕਰਨ। ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਪਿਛਲੇ ਕਈ ਸਾਲਾਂ ਤੋਂ ਇਨਵੈਸਟ ਕਰਨ ਨੂੰ ਤਿਆਰ ਨਹੀਂ ਸੀ, ਕਿਉਂਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਸੀ ਉਹਨਾਂ ਤੋਂ ਕੀ ਮੰਗਦੀਆਂ ਸੀ, ਪੈਸੇ ਮੰਗਦੀਆਂ ਸੀ, ਸਾਨੂੰ ਇੰਨੇ ਰੁਪਏ ਦਿਓ ਫਿਰ ਅਸੀਂ ਆਪਣੀ ਇੱਥੇ ਫੈਕਟਰੀ ਲਾਉਣ ਦੇਵਾਂਗੇ। ਤਾਂ ਕਰਕੇ ਬਹੁਤ ਫੈਕਟਰੀਆਂ ਵਾਲੇ ਜਿਹੜੇ ਉਹ ਸੀ, ਠੀਕ ਹੈ ਜੀ, ਬਿਜ਼ਨਸਮੈਨ ਸੀ, ਉਹ ਆਪਣੇ ਪੰਜਾਬ ਦੇ ਵਿੱਚੋਂ ਭੱਜ ਗਏ ਸੀ ਕਿ ਯਾਰ ਇੱਥੇ ਕਾਹਦਾ ਲਾਉਣਾਗਾ, ਠੀਕ ਹੈ ਜੀ? ਤਾਂ ਕਰਕੇ ਉਹਨਾਂ ਨੂੰ ਦੁਬਾਰੇ ਲਿਆਂਦਾ ਜਾਵੇ ਅਤੇ ਉਹਦੇ ਵਾਸਤੇ ਸਮੇਂ ਸਮੇਂ 'ਤੇ ਰਾਜੇ ਕੀ ਹੋ ਰਿਹਾ ਹੈਗਾ, ਮੀਟਿੰਗਾਂ ਹੋ ਰਹੀਆਂ। ਹੁਣ ਕਿੰਨੀ ਮੀਟਿੰਗ ਹੋਈ ਹੈ ਸਰ? 5ਵੀਂ ਮੀਟਿੰਗ ਹੋਈ ਹੈ ਰਾਜੇ, ਇਹੀ ਪੁੱਛਦੇ ਆ ਕਿੰਨੀ ਮੀਟਿੰਗ ਹੋਈ ਹੈ 2023 ਦੇ ਵਿੱਚ, 5ਵੇਂ ਨੰਬਰ ਦੀ ਮੀਟਿੰਗ ਕੀਤੀ ਗਈ ਹੈ, ਠੀਕ ਹੈ ਜੀ? ਚਲੋ,
ਇਸ ਤੋਂ ਬਾਅਦ ਅਗਲੇ ਦੇ ਕਹਿੰਦੇ ਕਹਿੰਦੇ ਹਿੰਦੂ ਮੰਦਿਰ ਹੈ ਇੱਕ ਕਿਹੜਾ, ਸੀਤਾ ਸ਼੍ਰੀ ਗੀਤਾ ਭਵਨ ਮੰਦਿਰ, ਸ਼੍ਰੀ ਗੀਤਾ ਭਵਨ ਮੰਦਿਰ ਹੈਗਾ। ਕਹਿੰਦੇ ਇਹ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਸਥਿਤ ਹੈਗਾ ਗਾ, ਇਹ ਪੁੱਛ ਰਹੇ ਨੇ। ਤਾਂ ਬਹੁਤ ਹੀ ਜ਼ਿਆਦਾ ਸੌਖਾ ਪ੍ਰਸ਼ਨ ਹੈ ਜੀ, ਇਹ ਹੈਗਾ ਮੋਗੇ ਦੇ ਵਿੱਚ, ਪੰਜਾਬ ਦਾ ਜਿਹੜਾ ਮੋਗਾ ਜ਼ਿਲ੍ਹਾ ਹੈਗਾ ਉੱਥੇ ਰਾਜੇ ਇਹ ਕੀ ਹੈਗਾ ਸਥਿਤ ਹੈਗਾ। ਤਾਂ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਇਹ ਇੱਕ ਅਪਡੇਟ ਹੈਗੀ। ਇਹੋ ਜਿਹੇ ਪ੍ਰਸ਼ਨ ਵੀ ਰਾਜੇ ਆਪਾਂ ਕਦੇ ਨਹੀਂ ਛੱਡਣੇ ਹੈਗੇ, ਅਤੇ ਇਹੋ ਜਿਹੇ ਪ੍ਰਸ਼ਨ ਆਪਾਂ ਨੂੰ ਪੇਪਰ ਦੇ ਵਿੱਚ ਕਿਤੇ ਨਾ ਕਿਤੇ ਦੇਖਣ ਨੂੰ ਮਿਲਣਗੇ ਹੀ ਮਿਲਣਗੇ। ਠੀਕ ਹੈ ਜੀ, ਚਲੋ। ਕਹਿੰਦੇ ਇਹਨਾਂ ਦੇ ਹੇਠ ਲਿਖਿਆ ਵਿੱਚੋਂ ਕਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਨਹੀਂ ਹੈ, ਯੂਟੀ ਕਿਹੜੀ ਨਹੀਂ ਹੈਗੀ, ਅੰਡੇਮਾਨ ਨਿਕੋਬਾਰ ਵੀ ਯੂਟੀ ਹੈ, JK ਵੀ ਯੂਟੀ ਹੈ, ਲਕਸ਼ਦੀਪ ਵੀ ਯੂਟੀ ਹੈ। ਇਹਨਾਂ ਨੇ ਪੁੱਛਿਆ ਮੈਨੂੰ ਕਿਹੜਾ ਯੂਟੀ ਨਹੀਂ ਹੈਗੀ, ਤਾਂ ਯੂਟੀ ਨਹੀਂ ਹੈਗੀ ਭਾਈ ਸਾਹਿਬ ਗੋਆ। ਠੀਕ ਹੈ ਜੀ, ਗੋਆ ਨਹੀਂ ਹੈਗੀ। ਅਤੇ ਹੁਣ ਮੈਨੂੰ ਦੱਸ ਸਕਦੇ ਹੋ ਜਿਹੜੇ ਪੁਰਤਗਾਲ ਆ ਰਾਜੇ, ਪੁਰਤਗਾਲੀ ਕਹਿ ਦਿੰਦੇ ਜਿਹਨੂੰ ਆਪਾਂ ਪੁਰਤਗੀਜ਼ ਕਹਿ ਦਿੰਦੇ ਹਾਂ, ਸਭ ਤੋਂ ਪਹਿਲਾਂ ਵੀ ਇਹ ਗੋਆ ਦੇ ਵਿੱਚ ਆਏ ਸੀ ਅਤੇ ਸਭ ਤੋਂ ਲਾਸਟ ਦੇ ਵਿੱਚ ਵੀ ਇਹ ਗੋਆ ਦੇ ਵਿੱਚੋਂ ਹੀ ਗਏ ਹੈ। ਕਿਹਨੇ, ਇੰਡੀਅਨ ਆਰਮੀ ਨੇ ਛੁਡਵਾਏ ਆ, ਕਦੋਂ ਛੁਡਵਾਇਆ ਤੁਸੀਂ ਦੱਸੋ, ਕਦੋਂ ਗੋਆ ਨੂੰ ਆਜ਼ਾਦ ਕਰਵਾਇਆ। ਇੰਡੀਅਨ ਆਰਮੀ ਨੇ 1970 ਦੇ ਵਿੱਚ ਕਿ 1972 ਦੇ ਵਿੱਚ, ਇਹ ਤੁਸੀਂ ਦੱਸਣਾ ਮੈਨੂੰ ਕਮੈਂਟ ਕਰਕੇ। ਬਹੁਤ ਵਾਰੀ ਪ੍ਰਸ਼ਨ ਰਿਪੀਟ ਕਰਵਾ ਕੇ ਗਿਆ ਹੈਗਾ ਬਹੁਤ ਵਾਰੀ। ਠੀਕ ਹੈ ਜੀ, ਦੇਖਦਾ ਕਿ ਤੁਹਾਡਾ ਧਿਆਨ ਪੜ੍ਹਾਈ ਵੱਲ ਹੁੰਦਾ ਕਿ ਬਸ ਕਲਾ ਲੈਕਚਰ ਲਾਉਣ ਤੱਕ ਹੀ ਮਤਲਬ। ਬਾਕੀ ਦਾ ਜਿਹੜੇ PDF ਭਾਈ ਮੈਂ ਤੁਹਾਨੂੰ ਟੈਲੀਗ੍ਰਾਮ 'ਤੇ ਪ੍ਰੋਵਾਈਡ ਕਰਵਾਤੇ ਸੀ 13 ਤਰੀਕ ਤੱਕ ਦੇ, ਬਾਕੀ ਵੀ ਤੁਹਾਡੇ PDF ਜਲਦੀ ਹੀ ਅਪਲੋਡ ਮੈਂ ਕਰਵਾ ਦੂੰਗਾ। ਹਫ਼ਤੇ ਤੁਹਾਡੇ ਇਕੱਠੇ PDF ਅਪਲੋਡ ਹੁੰਦੇ ਆ। ਠੀਕ ਹੈ ਜੀ, ਅਤੇ ਤਾਂ ਕਰਕੇ ਤੁਸੀਂ ਕੀ ਕਰਦੇ ਹੋ ਕਿ ਵੀ ਤੁਸੀਂ ਡਾਇਰੈਕਟ PDF-ਾਂ 'ਤੇ ਵਗ ਜਾਂਦੇ ਹੋ, ਜਿਹਦੇ ਕਰਕੇ ਜਿਹੜੇ ਐਕਸਟਰਾ ਪੁਆਇੰਟ ਹੁੰਦੇ ਆ ਮੈਂ ਵੀਡੀਓ ਦੇ ਵਿੱਚ ਕਰਾਉਣਾ ਤੁਸੀਂ ਪੜ੍ਹਦੇ ਨਹੀਂ ਹੈਗੇ, ਤਾਂ ਕਰਕੇ ਤੁਹਾਨੂੰ ਲੇਟ ਪ੍ਰੋਵਾਈਡ ਕਰਵਾਏ ਜਾਂਦੇ ਆ। ਠੀਕ ਹੈ ਜੀ, ਕਹਿੰਦੇ ਭਾਰਤ ਦੀ ਜਦੋਂ ਵੰਡ ਹੋਈ ਸੀ, ਪਾਰਸ਼ੀਅਨ ਆਫ ਇੰਡੀਆ, ਠੀਕ ਹੈ ਜੀ, ਉਸ ਸਮੇਂ ਪੰਜਾਬ ਦਾ ਗਵਰਨਰ ਕੌਣ ਸੀ, ਪੰਜਾਬ ਦਾ ਗਵਰਨਰ ਪੁੱਛ ਰਹੇ ਨੇ। ਤਾਂ ਉਦੋਂ ਹੈਗਾ ਸੀ ਰਾਜੇ ਸਰ ਈਵਨ, ਠੀਕ ਹੈ ਜੀ, ਸਰ ਈਵਨ ਮੈਰਿਟ ਹੈ ਜੈਨਕਿਨਸ। ਇਹ ਉਸ ਸਮੇਂ ਕੀ ਸੀ ਰਾਜੇ, ਪੰਜਾਬ ਦਾ ਕੀ ਸੀ ਇਹ ਗਵਰਨਰ ਸੀ ਉਸ ਸਮੇਂ ਦੇ ਵਿੱਚ ਜਦੋਂ ਪਾਰਸ਼ੀਅਨ ਆਫ ਪੰਜਾਬ ਇੰਡੀਆ ਹੋਇਆ ਸੀ। ਠੀਕ ਹੈ ਜੀ, ਚਲੋ। ਪੇਂਡੂ ਵਿਕਾਸ ਅਤੇ ਗਰੀਬੀ ਹਟਾਓ ਪ੍ਰੋਗਰਾਮ, ਕਿ ਪਿੰਡ ਆ ਜਿਹੜੇ ਆਪਣੇ ਉਹ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਨੂੰ ਆਪਾਂ ਕੀ ਕਰ ਸਕੀਏ, ਡਿਵੈਲਪ ਕਰ ਸਕੀਏ। ਠੀਕ ਹੈ ਜੀ, ਜਿਹਦੇ ਕਰਕੇ ਪਿੰਡਾਂ ਦੇ ਵਿੱਚ ਕਾਫੀ ਅਜਿਹੀਆਂ ਚੀਜ਼ਾਂ ਮੰਗੀਆਂ ਕਰਵਾਈਆਂ ਜਾਂ ਜਿਹ ਤੋਂ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਦੇ ਲੋਕ ਵਾਂਝੇ ਹੈਗੇ। ਠੀਕ ਹੈ ਜੀ, ਤਾਂ ਉਹਨਾਂ ਨੇ ਇੱਕ ਪੇਂਡੂ ਵਿਕਾਸ ਅਤੇ ਗਰੀਬੀ ਹਟਾਓ ਇੱਕ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਸੀ। ਕਹਿੰਦੇ ਜਿਹੜੀ ਕਮੇਟੀ ਬਣਾਈ ਸੀ, ਪ੍ਰਸ਼ਾਸਕੀ ਪ੍ਰਬੰਧਾਂ ਦੀ ਕਮੇਟੀ ਸੀ, ਇਹ ਕਮੇਟੀ ਦੇ ਚੇਅਰਮੈਨ ਕਿਹਨੂੰ ਲਾਇਆ ਸੀ ਰਾਜੇ, ਉਹਨਾਂ ਨੇ ਉਹ ਸਮੇਂ ਦੀ ਗੱਲ ਕਰਦੇ ਆ, ਕਿਹਨੂੰ ਚੇਅਰਪਰਸਨ ਲਾਇਆ ਸੀ ਸੋਹਣਿਓ, ਦੱਸ ਸਕਦਾ ਕੋਈ ਕੈਂਡੀਡੇਟ? ਤਾਂ ਇਹ ਚੇਅਰਪਰਸਨ ਲਾਇਆ ਸੀ ਸਰ GVK ਰਾਓ। ਠੀਕ ਹੈ ਜੀ, GVK ਰਾਓ ਜੀ ਨੂੰ ਇਹਨਾਂ ਨੇ ਕੀ ਕਰਿਆ ਸੀ, ਇਹਦਾ ਪ੍ਰੈਜੀਡੈਂਟ ਲਾਤਾ ਸੀ। ਚਲੋ ਜੀ, ਚੇਅਰਪਰਸਨ ਲਾਤਾ ਸੀ। ਕਹਿੰਦੇ ਇਹਨਾਂ ਦੇ ਵਿੱਚੋਂ ਹਵਾ ਪ੍ਰਦੂਸ਼ਣ ਨਾਲ ਕੀ ਨਹੀਂ ਹੁੰਦਾ, ਠੀਕ ਹੈ ਜੀ, ਕੀ ਨਹੀਂ ਹੁੰਦਾ ਹਵਾ ਪ੍ਰਦੂਸ਼ਣ ਦੇ ਨਾਲ, ਆਪਾਂ ਤੋਂ ਇਹ ਪੁੱਛ ਰਹੇ ਨੇ। ਮੈਨੂੰ ਲੱਗਦਾ ਕਿ ਜਮ੍ਹਾਂ ਇਹ 7ਵੀਂ 8ਵੀਂ ਵਾਲਾ ਬੱਚਾ ਵੀ ਇਹਦਾ ਜਵਾਬ ਦੇ ਸਕਦਾ ਗਾ। ਠੀਕ ਹੈ ਜੀ, ਕੋਈ ਕਿਹੜੇ ਦੱਸ ਸਕਦਾ ਮੈਨੂੰ ਰਾਜੇ ਕੀ ਆਊਗਾ ਇਹਦਾ? ਬਹੁਤ ਜ਼ਿਆਦਾ ਸੌਖਾ ਪ੍ਰਸ਼ਨ ਹੈਗਾ। ਦੇਖੋ ਰਾਜੇ, ਇੱਕ ਤਾਂ ਹਵਾ ਪ੍ਰਦੂਸ਼ਣ ਦਾ ਕੀ ਨਹੀਂ ਹੁੰਦਾ, ਕਹਿੰਦੇ ਪੇਚਸ ਨਹੀਂ ਹੁੰਦਾ। ਪੇਚਸ ਕੀ ਹੁੰਦਾ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਦਸਤ ਕਹਿ ਦਿੰਦੇ ਹਾਂ, ਜਿਹਨੂੰ ਆਪਾਂ ਕਹਿ ਦਿੰਦੇ ਜੀ ਲੈਟਰ ਇਹਨਾਂ 'ਤੇ ਉਲਟੀਆਂ ਲੱਗ ਗਈਆਂ। ਵੈਸੇ ਇਹਨੂੰ ਪੇਚਸ ਨੂੰ ਦਸਤ ਹੀ ਕਿਹਾ ਜਾਂਦਾ ਗਾ, ਲੈਟਰੀਨਾਂ ਲੱਗ ਜਾਂਦੀਆਂ। ਠੀਕ ਹੈ, ਇਹ ਰਾਜੇ ਹਵਾ ਪ੍ਰਦੂਸ਼ਣ ਨਾਲ ਨਹੀਂ ਹੁੰਦੀਆਂ, ਇਹ ਆਪਣੇ ਗਰਮੀ ਦੇ ਵਿੱਚ ਕੀ ਹੁੰਦਾ, ਜਦੋਂ ਆਪਣੇ ਸਰੀਰ ਦੇ ਵਿੱਚੋਂ ਪਾਣੀ ਦੀ ਮਾਤਰਾ ਘੱਟ ਜਾਂਦੀ ਹੈ। ਠੀਕ ਹੈ ਜੀ, ਤਾਂ ਉਦੋਂ ਇਹ ਚੀਜ਼ ਆਮ ਦੇਖਣ ਨੂੰ ਮਿਲਦੀ ਹੈ। ਦੂਸਰੀ ਗੱਲ, ਹਵਾ ਪ੍ਰਦੂਸ਼ਣ ਨਾਲ ਕੈਂਸਰ ਨਾਂ ਦੀ ਬਿਮਾਰੀ ਵੀ ਹੁੰਦੀ ਹੈ ਰਾਜੇ, ਬਰੌਨਕਾਈਟਸ।
ਠੀਕ ਹੈ ਜੀ। ਬ੍ਰੌਨਕਾਈਟਿਸ ਕਾਹਦੀ ਬਿਮਾਰੀ ਹੁੰਦੀ ਹੈ, ਇਹ ਫੇਫੜਿਆਂ ਦੀ ਬਿਮਾਰੀ ਹੁੰਦੀ ਹੈ, ਜਿਹਦੇ ਕਰਕੇ ਆਪਣੇ ਫੇਫੜਿਆਂ ਦੇ ਵਿੱਚ ਐਲੂਵੀਅਲ ਹੁੰਦੀ ਹੈ, ਐਲੂਵੀਅਲ ਅੰਗੂਰਾਂ ਦਾ ਗੁੱਛਾ ਜਿਹਾ ਹੁੰਦਾ ਗਾ, ਠੀਕ ਹੈ ਜੀ। ਉਹ ਕੀ ਕਰਦਾ ਆਪਣੇ ਸਰੀਰ ਦੇ ਵਿੱਚ ਆਕਸੀਜਨ ਨੂੰ, ਕਾਰਬਨ ਨੂੰ ਲੈ ਕੇ ਉਹਦਾ ਉਹਨੂੰ ਕਾਰਬਨ ਨੂੰ ਬਾਹਰ ਕੱਢਦਾ, ਆਕਸੀਜਨ ਨੂੰ ਸ਼ੁੱਧ ਕਰਦਾ, ਉਹ ਬਾਹਰ ਕੱਢਦਾ ਗਾ, ਹੈ ਨਾ। ਫੇਫੜਿਆਂ ਦੇ ਵਿੱਚ ਹੁੰਦਾ ਅੰਗੂਰਾਂ ਦਾ ਗੁੱਛਾ ਜਿਹਾ, ਉਹਦੇ ਵਿੱਚ ਜਾ ਕੇ ਇਹ ਕੀ ਕਰਦੀ ਹੈ, ਉਹਨੂੰ ਦੂਸ਼ਿਤ ਕਰਦਾ, ਜਿਹਦੇ ਕਰਕੇ ਉਹਦੀ ਕੰਮ ਕਰਨ ਦੀ ਕਪੈਸਿਟੀ ਘੱਟ ਜਾਂਦੀ, ਜਿਹਦੇ ਕਰਕੇ ਆਪਣੇ ਸਾਹ ਆਉਣ ਦੇ ਵਿੱਚ ਮੁਸ਼ਕਲ ਹੁੰਦੀ ਹੈ, ਬ੍ਰੌਨਕਾਈਟਿਸ ਉਹ ਬਿਮਾਰੀ ਹੈ ਇੱਕ, ਠੀਕ ਹੈ ਜੀ। ਅਤੇ ਐਲਰਜੀ, ਸਕਿਨ ਦੀ ਐਲਰਜੀ ਹੋ ਜਾਂਦੀ ਹੈ, ਗਲੇ ਦੀ ਐਲਰਜੀ ਹੋ ਜਾਂਦੀ ਹੈ, ਖੰਘ ਜ਼ੁਕਾਮ ਹੋ ਜਾਂਦਾ, ਕਾਫੀ ਤਰ੍ਹਾਂ ਦੀਆਂ ਐਲਰਜੀਆਂ ਵੀ ਹਵਾ ਪ੍ਰਦੂਸ਼ਣ ਨਾਲ ਹੁੰਦੀਆਂ, ਪਰ ਏ ਨੰਬਰ ਆਪਸ਼ਨ ਪ੍ਰਦੂਸ਼ਣ ਨਾਲ, ਹਵਾ ਪ੍ਰਦੂਸ਼ਣ ਨਾਲ ਨਹੀਂ ਹੁੰਦਾ, ਇਹ ਗੱਲ ਯਾਦ ਰੱਖਣੀ ਹੈ। ਇਹਨਾਂ ਦੇ ਵਿੱਚੋਂ ਕਿਹੜਾ ਮਰਦਾਂ ਦਾ ਲੋਕ ਨਾਚ ਨਹੀਂ ਹੈ ਪੰਜਾਬ ਦੇ ਵਿੱਚ? ਦੇਖੋ ਜੀ, ਗਿੱਧਾ, ਗਿੱਧਾ ਮਰਦਾਂ ਦਾ ਲੋਕ ਨਾਚ ਨਹੀਂ ਹੈ, ਠੀਕ ਹੈ ਜੀ, ਇਹ ਗੱਲ ਯਾਦ ਰੱਖਣੀ ਹੈ। ਜੁੱਲੀ, ਝੂਮਰ, ਲੁੱਡੀ ਇਹ ਹੈਗੇ ਆ, ਗਿੱਧਾ ਨਹੀਂ ਹੈਗਾ। ਜੇ ਇੱਥੇ ਮਲਵਈ ਗਿੱਧਾ ਹੁੰਦਾ ਫਿਰ ਮਰਦਾਂ ਦਾ ਗਿੱਧਾ ਹੋ ਸਕਦਾ ਸੀ, ਠੀਕ ਹੈ ਜੀ, ਮਲਵਈ ਗਿੱਧਾ, ਠੀਕ ਹੈ ਜੀ, ਕਿਤੇ ਮਿਕਸ ਨਾ ਕਰਦਾ ਕਰੋ ਇਹਨਾਂ ਨੂੰ। ਕਹਿੰਦੇ 2010 ਅਤੇ 2011 ਦੇ ਜਿਹੜੇ ਅੰਕੜੇ ਕੱਢੇ ਗਏ ਸੀ ਉਹਦੇ ਅਨੁਸਾਰ ਇਹ ਪੁੱਛ ਰਹੇ ਨੇ ਕਿ ਪੰਜਾਬ ਦੇ ਵਿੱਚ ਖੇਤੀ ਅਧੀਨ ਜ਼ਮੀਨ ਦੀ ਪ੍ਰਤੀਸ਼ਤਤਾ ਕਿੰਨੀ ਹੈ, ਕਿੰਨੇ ਪਰਸੈਂਟ ਖੇਤੀ ਕੀਤੀ ਜਾਂਦੀ ਹੈ ਪੰਜਾਬ ਦੇ ਵਿੱਚ। ਇਹ ਪ੍ਰਸ਼ਨ ਵੀ ਰਾਜੇ ਮੈਂ PVAK ਸੀਰੀਜ਼ ਦੇ ਵਿੱਚ ਦੂਜੀ ਜਾਂ ਤੀਸਰੀ ਵਾਰ ਇਹ ਪ੍ਰਸ਼ਨ ਰਿਪੀਟ ਹੋਇਆ ਹੋਇਆਗਾ। 83% ਪੰਜਾਬ ਦੀ ਇਹ ਜੀ ਹੈਗੀ ਇਕਨੋਮੀ ਜਿਹੜੀ ਕਿ ਰਾਜੇ ਆਪਾਂ ਤਾਂ ਇਹਦਾ ਆਪਾਂ ਭਾਰਤ ਨੂੰ ਕੀ ਕਿਹਾ ਜਾਂਦਾ, ਅੰਨ ਦਾ ਕਟੋਰਾ ਕਿਉਂ ਕਿਹਾ ਜਾਂਦਾ ਭਾਰਤ ਦੇ ਵਿੱਚ, ਪੰਜਾਬ ਨੂੰ ਅੰਨ ਦਾ ਕਟੋਰਾ ਕਿਉਂ ਕਿਹਾ ਜਾਂਦਾ? ਕਿਉਂਕਿ ਪ੍ਰਤੀ ਹੈਕਟੇਅਰ ਸਭ ਤੋਂ ਜ਼ਿਆਦਾ ਜਿਹੜੀ ਕਣਕ ਜਾਂ ਅਨਾਜ ਹੁੰਦਾ ਉਹ ਪੰਜਾਬ ਦੇ ਵਿੱਚ ਹੁੰਦਾ, ਅਤੇ ਜੇਕਰ ਉਹ ਦੇਖੀਏ ਕਿੰਨੀ ਜ਼ਮੀਨ ਆ ਪੰਜਾਬ ਦੀ ਜਿੱਥੇ ਫਸਲ ਹੁੰਦੀ ਹੈ, 83%। ਇਹਨਾਂ ਦੇ ਵਿੱਚੋਂ ਕਿਹੜਾ ਆਪਣਾ ਕੌਂਸਟੀਟਿਊਸ਼ਨ ਅਧਿਕਾਰ ਹੈਗਾ ਗਾ, ਇਹ ਪੁੱਛ ਰਹੇ ਨੇ। ਬਰਾਬਰੀ ਦਾ ਅਧਿਕਾਰ, ਧਾਰਮਿਕ ਆਜ਼ਾਦੀ ਦਾ ਅਧਿਕਾਰ, ਠੀਕ ਹੈ ਜੀ, ਆਜ਼ਾਦੀ ਦਾ ਅਧਿਕਾਰ, ਠੀਕ ਹੈ ਜੀ, ਰਾਈਟ ਆਫ ਫਰੀਡਮ, ਠੀਕ ਹੈ ਜੀ। ਇਹ ਸਾਰੇ ਤੁਹਾਨੂੰ ਪਤਾ ਹੋਣਾ ਰਾਜੇ, ਇਹ ਸਾਰੇ ਆਪਣੇ ਫੰਡਾਮੈਂਟਲ ਰਾਈਟ ਹੈਗੇ, ਇਹ ਸਾਰੇ ਆਪਣੇ ਫੰਡਾਮੈਂਟਲ ਰਾਈਟ ਆ ਗਏ, ਤੁਹਾਨੂੰ ਪਤਾ ਹੋਣਾ ਗਾ ਫੰਡਾਮੈਂਟਲ ਰਾਈਟ ਆਪਾਂ ਪੜ੍ਹੇ ਹੋਏ ਹੈਗੇ 12 ਤੋਂ ਲੈ ਕੇ 35 ਤੱਕ Part 3 ਦੇ ਵਿੱਚ, ਠੀਕ ਹੈ ਜੀ। ਅਤੇ ਇਹ ਕੀ ਹੈ, ਇਹ ਜਸਟੀਏਬਲ ਹੈ, ਜਸਟੀਏਬਲ ਹੈ, ਕਹਿਣਾ ਮਤਲਬ ਜੇਕਰ ਇਹਨਾਂ ਰਿਵਿਊ ਉਲੰਘਣਾ ਕਰਦਾ ਕੋਰਟ ਦੇ ਵਿੱਚ ਕੇਸ ਕਰ ਸਕਦੇ ਹਾਂ ਆਪਾਂ, ਹਾਈ ਕੋਰਟ 'ਚ ਵੀ ਕਰ ਸਕਦੇ ਹਾਂ, ਸੁਪਰੀਮ ਕੋਰਟ ਦੇ ਵਿੱਚ ਵੀ ਕਰ ਸਕਦੇ ਹਾਂ, ਠੀਕ ਹੈ ਜੀ। ਹਾਈ ਕੋਰਟ ਦੇ ਵਿੱਚ ਆਪਾਂ 226 ਦੇ ਤਹਿਤ ਕਰ ਸਕਦੇ ਹਾਂ, ਸੁਪਰੀਮ ਕੋਰਟ ਦੇ ਵਿੱਚ 32 ਦੇ ਬਰਾਬਰ 32 ਦੇ ਆਰਟੀਕਲ 32 ਦੇ ਤਹਿਤ ਕਰ ਸਕਦੇ, ਇਸ ਨੂੰ ਪੜ੍ਹ ਕੇ ਕਰਵਾ ਕੇ ਗਿਆ ਹੋਇਆ ਮੈਂ, ਠੀਕ ਹੈ ਜੀ। ਤਾਂ ਬੋਰਡ ਦਾ ਅਧਿਕਾਰ ਹੈ ਜਿਹੜਾ, ਇਹ ਆਪਣਾ ਲੀਗਲ ਰਾਈਟ ਹੈ, ਬੋਰਡ ਦਾ ਅਧਿਕਾਰ ਹੈ ਜਿਹੜਾ ਆਪਣਾ ਲੀਗਲ ਰਾਈਟ ਹੈ, ਇੱਕ ਕੰਮ ਤੁਸੀਂ ਦੱਸਣਾ। ਕਹਿੰਦੇ ਕਿਹੜਾ ਉਹ ਅਧਿਕਾਰ ਹੈ ਜਿਹਦੇ ਨਾਲ, ਠੀਕ ਹੈ ਜੀ, ਵੋਟ ਪਾਉਣ ਦੀ ਉਮਰ 16 ਤੋਂ 18 ਸਾਲ ਕੀਤੀ ਸੀ, ਕਿਹੜੇ ਅਮੈਂਡਮੈਂਟ ਦੇ ਤਹਿਤ ਕੀਤੀ ਸੀ, ਤੁਸੀਂ ਦੱਸਣਾ ਮੈਨੂੰ ਕਮੈਂਟ ਦੇ ਵਿੱਚ, ਮੈਨੂੰ ਵੀ ਪਤਾ ਲੱਗੇ, ਠੀਕ ਹੈ ਜੀ, ਤੁਸੀਂ ਦੱਸਣੀ ਹੈ ਚੀਜ਼ ਮੈਨੂੰ। ਚਲੋ, ਇਹਨਾਂ ਦੇ ਵਿੱਚੋਂ ਕਿਹੜਾ ਇੱਕ ਗਲਤ ਹੈ, ਇਹਨਾਂ ਦੇ ਵਿੱਚੋਂ ਕਿਹੜਾ ਇੱਕ ਗਲਤ ਹੈ, ਠੀਕ ਹੈ ਜੀ। ਇਹ ਪ੍ਰਸ਼ਨ ਮੈਨੂੰ ਗਲਤ ਜਿਹਾ ਲੱਗੀ ਜਾਂਦਾ, ਉਹ ਨਹੀਂ ਕਹਿੰਦਾ ਹੁੰਦਾ, ਕਹਿੰਦਾ ਇਹ ਬੰਦਾ ਮੈਨੂੰ ਗਲਤ ਜਿਹਾ ਲੱਗੀ ਜਾਂਦਾ ਉਵੇਂ ਜਿਵੇਂ। 1961 ਦੇ ਵਿੱਚ BK ਰਾਓ ਕਮੇਟੀ ਬਣੀ ਸੀ, ਬਿਲਕੁਲ ਸਹੀ ਗੱਲ ਹੈ ਜੀ। 1962 ਦੇ ਵਿੱਚ RR ਦਿਵਾਕਰ ਕਮੇਟੀ ਬਣੀ ਸੀ, ਬਿਲਕੁਲ ਸਹੀ ਗੱਲ ਹੈ ਜੀ। 1963 ਵਿੱਚ RK ਖੰਨਾ ਕਮੇਟੀ ਬਣੀ ਸੀ, ਬਿਲਕੁਲ ਸਹੀ ਗੱਲ ਹੈ। 1966 ਦੇ ਵਿੱਚ GRAM ਚੰਦਰਨ ਕਮੇਟੀ, ਠੀਕ ਹੈ ਜੀ, GRAM ਚੰਦਰਨ ਕਮੇਟੀ ਹੈ ਜਿਹੜੀ ਰਾਜੇ, ਇਹ ਨਹੀਂ ਬਣੀ ਸੀ, ਇਹ ਗੱਲ ਯਾਦ ਰੱਖਣੀ ਹੈ, ਕਿਉਂਕਿ ਇਹੋ ਜਿਹੇ ਪ੍ਰਸ਼ਨ ਤੁਹਾਨੂੰ ਪੇਪਰ ਦੇ ਵਿੱਚ ਆਏ ਹੋਏ ਹੈਗੇ, ਠੀਕ ਹੈ ਜੀ। ਅਤੇ ਕੋਈ ਕੈਂਡੀਡੇਟ ਮੈਨੂੰ ਦੱਸ ਸਕਦਾ ਕਿ ਜਿਹੜੀ ਇਹ ਕਮੇਟੀ ਬਣੀ ਸੀ GRAM ਚੰਦਰਨ ਕਮੇਟੀ, ਇਹ ਕਿਹੜੇ ਸਾਲ ਬਣੀ ਸੀ? ਇੰਨੀ ਤੁਹਾਨੂੰ ਦੱਸਣਾ, 7 ਅਕਤੂਬਰ ਨੂੰ ਬਣੀ ਸੀ ਇਹ, ਬਸ ਮੈਨੂੰ ਇਹ ਦੱਸ ਦਿਓ ਕਿ ਕਿਹੜੇ ਸਾਲ ਇਹ ਕਮੇਟੀ ਹੈ ਜਿਹੜੀ ਉਹ ਬਣੀ ਸੀ, ਫੋਰਮੇਸ਼ਨ ਕਿਹੜੇ ਸਾਲ ਇਹ ਕਮੇਟੀ ਦੀ ਹੋਈ ਸੀ, ਕਿਉਂਕਿ ਇਹ ਪ੍ਰਸ਼ਨ ਰਾਜੇ ਪੇਪਰ ਦੇ ਵਿੱਚ ਤੁਹਾਤੋਂ ਆ ਸਕਦਾ ਗਾ। ਹੁਣ ਤਾਂ ਇਹ ਪੁੱਛਿਆ ਕਿ ਕਮੇਟੀ ਕਿਹੜੀ ਕਮੇਟੀ ਨਹੀਂ ਬਣੀ ਸੀ, ਠੀਕ ਹੈ ਜੀ। ਹੁਣ ਮੈਂ ਤੁਹਾਨੂੰ ਪੁੱਛ ਰਿਹਾ ਕਿ ਕਿਹੜੇ ਸਾਲ ਬਣੀ ਸੀ, ਤੁਸੀਂ ਮੈਨੂੰ ਵੱਧ ਤੋਂ ਵੱਧ ਜਿੰਨੇ ਵੀ ਕੈਂਡੀਡੇਟ ਹੈ
ਠੀਕ ਹੈ ਜੀ, ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਗਾ। ਚਲੋ ਮੈਂ ਤੁਹਾਨੂੰ ਦੱਸ ਦਿੰਦਾ ਗਾ, 1904 ਦੇ ਵਿੱਚ ਰਾਜੇ ਇਹ ਕਮੇਟੀ ਬਣਾਈ ਗਈ ਸੀ, ਠੀਕ ਹੈ ਜੀ, 1904 ਦੇ ਵਿੱਚ ਬਣਾਈ ਗਈ ਸੀ ਇਹ ਕਮੇਟੀ। ਬਾਕੀ ਤੁਸੀਂ ਵੀ ਦੱਸੋ ਮੈਨੂੰ, ਠੀਕ ਹੈ, ਮੇਰੇ ਪਾਸ ਇੰਨਾ ਕੁ ਯਾਦ ਹੈਗਾ ਗਾ। ਅਤੇ ਨਹੀਂ ਰਾਜੇ ਗਲਤ ਮੇਰੇ ਸ਼ਾਇਦ ਇਹ ਨਹੀਂ ਇੰਨੇ 'ਚ ਹੋਈ, ਮੈਂ ਤੁਹਾਨੂੰ ਦੁਬਾਰਾ ਦੱਸੂੰਗਾ ਰਾਜੇ, ਕਿਉਂਕਿ ਮੇਰੇ ਆਪਦੇ ਵੀ ਯਾਦ ਨਹੀਂ ਹੈਗੀ ਇਹ ਚੀਜ਼, ਤੁਹਾਨੂੰ ਦੇਖ ਕੇ ਦੱਸੂੰਗਾ। ਠੀਕ ਹੈ ਜੀ, ਜ਼ਰੂਰ ਦੱਸੋ, ਹੋਰ ਕਮੇਟੀ ਹੈ ਮੇਰੇ ਦਿਮਾਗ ਦੇ ਵਿੱਚ ਆ ਗਈ, ਇਹ ਗਲਤ ਆਪਸ਼ਨ ਡੀ ਨੰਬਰ ਆਪਸ਼ਨ ਹੀ ਹੈਗੀ, ਠੀਕ ਹੈ, ਤੁਹਾਨੂੰ ਦੱਸੂੰਗਾ ਇਹ ਮੈਂ। ਭਾਰਤ ਦੇ ਕਿਸ ਅਨੁਛੇਦ ਦੇ ਵਿੱਚ ਨਗਰ ਪਾਲਿਕਾ ਦੇ ਨਾਲ ਸੰਬੰਧਿਤ ਹੈ ਜੀ, ਨਗਰ ਪਾਲਿਕਾ ਦੇ ਨਾਲ ਇਹਨਾਂ ਦੇ ਵਿੱਚੋਂ ਕਿਹੜਾ ਆਰਟੀਕਲ ਜਾਂ ਕਿਹੜਾ ਅਨੁਛੇਦ ਹੈ ਜਿਹੜਾ ਉਹ ਸੰਬੰਧਿਤ ਹੈਗਾ, ਤਾਂ ਇਹ ਹੈਗਾ ਜੀ 243 ZA। ਇਹ ਜਿਹੜਾ ਕਾਨੂੰਨ ਹੈ ਰਾਜੇ ਜਾਂ ਇਹ ਜਿਹੜਾ ਅਨੁਛੇਦ ਹੈ, ਇਹ ਆਪਣੇ ਮਿਊਂਸੀਪਲ ਕਾਰਪੋਰੇਸ਼ਨ ਨਾਲ ਸੰਬੰਧਿਤ ਹੈ। ਹੁਣ ਮੈਨੂੰ ਦੁਬਾਰਾ ਦੱਸਿਓ, ਮਿਊਂਸੀਪਲ ਕਾਰਪੋਰੇਸ਼ਨ ਅਤੇ ਪੰਚਾਇਤੀ ਰਾਜ ਇਹ ਕਿਹੜੇ ਕਿਹੜੇ ਅਮੈਂਡਮੈਂਟ ਦੇ ਵਿੱਚ ਆਉਂਦੇ ਆ, ਕਿਹੜੇ ਕਿਹੜੇ ਅਮੈਂਡਮੈਂਟ ਦੇ ਤਹਿਤ ਜੋੜਿਆ ਗਿਆ ਇਹਨਾਂ ਨੂੰ, ਅਤੇ ਕਿਹੜੀ ਕਿਹੜੀ ਇਹ ਸ਼ਡਿਊਲ ਦੇ ਵਿੱਚ ਆਉਂਦੇ ਆ, ਮਤਲਬ ਕਹਿੰਦਾ ਕਿਹੜੀ ਅਨੁਸੂਚੀ ਦੇ ਵਿੱਚ ਇਹਨਾਂ ਦੀ ਗੱਲ ਕੀਤੀ ਗਈ ਹੈ, ਜ਼ਰੂਰ ਦੱਸੋ। ਜਿਹੜਾ ਬੱਚਾ ਜਵਾਬ ਦਿਆ ਕਰੋ, ਮੈਂ ਕੱਲ੍ਹ ਕਮੈਂਟ ਦੇ ਵਿੱਚ ਨਾ ਬੋਲੂੰਗਾ। ਕਿੰਨੇ ਪ੍ਰਤੀਸ਼ਤ ਅਸ਼ੁੱਧੀਆਂ ਘਰੇਲੂ ਸੀਵਰੇਜ ਦੀ ਵਰਤੋਂ ਨੂੰ ਅਯੋਗ ਬਣਾ ਸਕਦੀਆਂ ਹਨ, ਠੀਕ ਹੈ ਜੀ, ਇਹ ਰਾਜੇ ਪ੍ਰਸ਼ਨ ਅਨਯੂਜ਼ੇਬਲ ਕਿੰਨੀਆਂ ਪ੍ਰਸਿੱਧ ਬਣਾਉਣੀਆਂ, 0.1%, ਠੀਕ ਹੈ ਜੀ, ਇਹ ਪ੍ਰਸ਼ਨ ਕੋਈ ਬਾਹਲਾ ਹੋਣੀ ਹੈਗਾ, ਮੈਨੂੰ ਇਹ ਨਹੀਂ ਪਤਾ ਇਹ ਪਾਇਆ ਕਿਹੜੇ ਹਿਸਾਬ 'ਤੇ ਹੈ। ਚਲੋ ਆਹ ਸੁਣੋ ਜੀ ਕੀ ਕਹਿੰਦੇ ਆ, ਕਹਿੰਦੇ ਵਾਇਰਸ ਇੱਕ ਸੰਕਰਮਤ ਸ਼ੈਲ ਹੈ, ਸੰਕਰਮਤ ਜਿਹੜਾ ਹੁੰਦਾ ਜਿਹੜਾ ਕਿ ਮਤਲਬ ਰਾਜੇ ਕਿਸੇ 'ਤੇ ਅਟੈਕ ਕਰ ਦਿੰਦਾ ਇੱਕ ਤੋਂ ਦੂਜੇ ਤੱਕ, ਵਾਇਰਸ ਨਾਲ ਕੋਈ ਜਿਵੇਂ ਖੰਘ ਜ਼ੁਕਾਮ ਕਾਹਦੇ ਨਾਲ ਹੁੰਦਾ, ਵਾਇਰਸ ਨਾਲ ਹੁੰਦਾ ਜਿਹੜਾ ਆਪਾਂ ਖੰਘਦੇ ਹਾਂ, ਇੱਕ ਤੋਂ ਦੂਜੇ ਵਿਅਕਤੀ, ਦੂਜੇ ਤੋਂ ਤੀਜੇ ਵਿਅਕਤੀ ਨੂੰ ਇਹ ਹੋ ਜਾਂਦਾ ਸੰਕਰਮਤ ਸੈੱਲ, ਉਹਨੂੰ ਕਹਿੰਦੇ ਹੁੰਦੇ ਆ ਹਮੇਸ਼ਾ, ਇਹ ਗੱਲ ਯਾਦ ਰੱਖਣੀ ਹੈ। ਇੰਗਲਿਸ਼ ਦੇ ਵਿੱਚ ਇਹਨੂੰ ਇਨਫੈਕਟਡ ਸੈੱਲ ਕਹਿ ਦਿੰਦੇ ਆ, ਠੀਕ ਹੈ ਜੀ, ਇੱਕ ਗੱਲ ਦਾ ਪਤਾ ਲੱਗ ਗਿਆ। ਕਹਿੰਦੇ ਜਿਹੜਾ ਵਾਇਰਸ ਹੁੰਦਾ, ਵਾਇਰਸ ਨਾਲ ਸੰਕਰਮਤ ਸੈੱਲ ਹੁੰਦੇ ਜਿਹੜੇ, ਇਹਨਾਂ ਦੇ ਵਿੱਚੋਂ ਨਾ ਇੱਕ ਇੰਟਰਫੋਰੇਨ ਇਹ ਨਾਮਕ ਨਾ ਇੱਕ ਪ੍ਰੋਟੀਨ ਨਿਕਲਦਾ ਵਿੱਚੋਂ, ਠੀਕ ਹੈ ਜੀ, ਜੋ ਗੈਰ ਸੰਕਰਮਣ ਜਿਹੜੇ ਸੈੱਲ ਹੁੰਦੇ ਜਿਨ੍ਹਾਂ ਤੋਂ ਕੋਈ ਬਿਮਾਰੀ ਨਹੀਂ ਫੈਲਦੀ, ਠੀਕ ਹੈ ਜੀ, ਜਿਹੜੇ ਕਿ ਆਪਣੀ ਬੋਡੀ ਦੇ ਵਿੱਚ ਇਹੋ ਜਿਹੇ ਸੰਕਰਮਣ ਸੈੱਲ ਹੁੰਦੇ ਜਿਹੜੇ ਇਹੋ ਜਿਹੀਆਂ ਚੀਜ਼ਾਂ ਤੋਂ ਆਪਾਂ ਨੂੰ ਬਚਾਉਂਦੇ ਆ, ਠੀਕ ਹੈ ਜੀ, ਕਹਿੰਦਾ ਮਤਲਬ ਕਿ ਜਿਹੜਾ ਵਾਇਰਸ ਹੁੰਦਾ ਹੈ, ਵਾਇਰਸ ਨਾਲ ਜਿਹੜੇ ਆਪਣੇ ਸੈੱਲ ਇਨਫੈਕਟਡ ਹੋ ਜਾਂਦੇ ਆ, ਉਹਨਾਂ ਦੇ ਵਿੱਚੋਂ ਆਹ ਪ੍ਰੋਟੀਨ ਨਿਕਲਦਾ, ਠੀਕ ਹੈ ਜੀ, ਜਿਹੜੇ ਆਪਣੇ ਹੋਰ ਵਧੀਆ ਸੈੱਲ ਹੁੰਦੇ ਆ ਉਹਨਾਂ ਨੂੰ ਇਫੈਕਟ ਕਰਨ ਦੀ ਕੋਸ਼ਿਸ਼ ਕਰਦਾ ਆਪਣੀ ਬੋਡੀ ਦੇ ਵਿੱਚੋਂ, ਕਿਹੜੀ ਚੀਜ਼ ਹੈ ਜਿਹੜੀ ਆਪਾਂ ਨੂੰ ਇਹ ਤੋਂ ਬਚਾਉਂਦੀ ਹੈ, ਉਹ ਹੈਗਾ ਜੀ ਕਾਈਟੋ 9, ਠੀਕ ਹੈ ਜੀ। ਕਹਿੰਦੇ ਜੇਕਰ ਤੁਸੀਂ ਰਾਸ਼ਟਰਪਤੀ ਬਣਨਾ, ਮਤਲਬ ਤੁਸੀਂ ਵੀ ਰਾਸ਼ਟਰਪਤੀ ਬਣ ਸਕਦੇ ਹੋ, ਕੋਈ ਵੱਡੀ ਗੱਲ ਨਹੀਂ ਹੈਗੀ, ਠੀਕ ਹੈ ਜੀ। ਵੋਟ ਕੌਣ ਪਾਉਂਦੇ ਆ? ਸਟੇਟ ਲੈਗਸਲੇਚਰ, ਠੀਕ ਹੈ ਜੀ, ਅਤੇ ਸਟੇਟ ਲੈਗਸਲੇਚਰ ਸਟੇਟ ਦੀ ਵੀ ਪਾਉਂਦੇ ਆ, ਅਤੇ ਲੋਕ ਵੱਡੇ ਦੂਜੇ MP ਵੀ ਪਾਉਂਦੇ ਆ, MLA ਵਿੱਚ ਵੋਟਾਂ ਪਾਉਂਦੇ, ਤੁਹਾਨੂੰ ਸਾਰਾ ਕੁਝ ਕਰਾ ਕੇ ਗਿਆ ਹੋਇਆ, ਵਾਰੀ ਵਾਰੀ ਨਹੀਂ ਕਰੂੰਗਾ ਕਿਉਂਕਿ ਆਪਾਂ PYQ ਰਿਪੀਟ ਕਰ ਰਹੇ ਹਾਂ, ਠੀਕ ਹੈ ਜੀ। ਰਾਸ਼ਟਰਪਤੀ ਬਣਨ ਵਾਸਤੇ ਕੀ ਹੋਣਾ ਚਾਹੀਦਾ? ਦੇਖੋ ਰਾਜੇ, ਤੁਸੀਂ ਕਿਸੇ ਲਾਭ ਦੇ ਅਹੁਦੇ 'ਤੇ ਨਹੀਂ ਹੋ ਸਕਦੇ, ਮੰਨ ਲਓ ਤੁਸੀਂ ਸਰਕਾਰੀ ਨੌਕਰੀ ਕਰੀ ਜਾਓ, ਉੱਧਰ ਕਹੋ ਮੈਂ MP ਰਾਸ਼ਟਰਪਤੀ ਬਣ ਜਾ, ਤਾਂ ਉੱਧਰ ਤੁਹਾਨੂੰ ਅਸਤੀਫਾ ਦੇਣਾ ਹੀ ਦੇਣਾ ਪਊਗਾ, ਪਹਿਲਾ ਕੰਮ ਤਾਂ ਇਹ। ਦੂਜੀ ਗੱਲ ਕਹਿੰਦੇ ਤੁਹਾਡੀ ਉਮਰ 30 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ, ਤੁਹਾਨੂੰ ਮੈਂ ਕਿੰਨੇ ਵਾਰੀ ਕਰਵਾਇਆ ਕਿ ਜੇਕਰ ਤੁਸੀਂ ਰਾਸ਼ਟਰਪਤੀ ਬਣਨਾ, ਭਾਈ ਤੁਹਾਡੀ ਉਮਰ ਘੱਟੋ ਘੱਟ 35 ਸਾਲ ਹੋਣੀ ਚਾਹੀਦੀ ਹੈ, 30 ਸਾਲ ਉਮਰ ਹੋਣੀ ਚਾਹੀਦੀ ਆਪਣੀ ਰਾਜ ਸਭਾ ਦਾ ਮੈਂਬਰ ਬਣਨ ਵਾਸਤੇ, ਉਪ ਰਾਸ਼ਟਰਪਤੀ ਬਣਨਾ ਚਾਹੇ ਰਾਸ਼ਟਰਪਤੀ ਬਣਨਾ, ਤੁਹਾਡੀ ਉਮਰ ਕਿੰਨੀ ਹੋਣੀ ਚਾਹੀਦੀ ਹੈ? 35 ਸਾਲ ਹੋਣੀ ਚਾਹੀਦੀ ਹੈ। ਤਾਂ ਇਹਨਾਂ ਨੇ ਪੁੱਛਿਆ ਕਿਹੜੀ ਯੋਗਤਾ ਨਹੀਂ ਹੈਗੀ? ਆਹ ਯੋਗਤਾ ਨਹੀਂ ਹੈਗੀ ਆਪਣਾ, ਇਹ ਗਲਤੀ ਪੁੱਛਿਆ ਇਹਨਾਂ ਨੇ, ਕਿਹੜਾ ਇਹ ਹੈ। ਤੀਸਰੇ ਨੰਬਰ 'ਤੇ ਉਹਨਾਂ ਨੂੰ ਲਾਜ਼ਮੀ ਲੋਕ ਸਭਾ ਦੇ ਮੈਂਬਰ ਚੁਣੇ ਹੋਣ ਦੇ ਯੋਗ ਨਹੀਂ ਹੋਣਾ ਚਾਹੀਦਾ, ਉਹਨੂੰ ਲਾਜ਼ਮੀ ਲੋਕ ਸਭਾ ਦੇ ਮੈਂਬਰ ਵਜੋਂ ਚੁਣੇ, ਹਾਂ ਲੋਕ ਸਭਾ ਦਾ ਮੈਂਬਰ ਬਣਨ ਦੇ ਯੋਗ ਹੋਣਾ ਚਾਹੀਦਾ ਰਾਜੇ, ਬਣਨ ਦੇ, ਇੱਥੇ ਨਾ ਗਲਤ ਲਿਖਿਆ ਹੋਇਆ, ਬਣਨ ਦੇ ਯੋਗ ਹੋਣਾ ਚਾਹੀਦਾ, ਠੀਕ ਹੈ ਜੀ, ਲੋਕ ਸਭਾ ਦਾ ਮੈਂਬਰ ਬਣਨ ਦੇ ਯੋਗ ਹੋਣਾ ਚਾਹੀਦਾ, ਬਣਨਾ ਨਹੀਂ ਚਾਹੀਦਾ, ਯੋਗ ਹੋਣਾ ਚਾਹੀਦਾ ਲੋਕ ਸਭਾ ਦਾ ਮੈਂਬਰ, ਤਾਂ ਇੱਥੇ ਰਾਜੇ ਆਪਸ਼ਨ ਨੰਬਰ 2 ਹੋਣੇ ਸੀ, ਠੀਕ ਹੈ ਜੀ, ਉਹ ਭਾਰਤ ਦਾ ਨਾਗਰਿਕ ਹੋਣਾ ਲਾਜ਼ਮੀ, ਇਹ ਗੱਲ ਵੀ ਸਹੀ ਹੈ।
ਠੀਕ ਹੈ ਜੀ। ਇੱਥੇ ਦੇਖੋ ਆਂਸਰ ਤਾਂ ਆਉਣਾ ਸੀ ਆਹ ਨੰਬਰ ਆਪਸ਼ਨ ਵਾਲਾ, ਬੀ ਨੰਬਰ ਆਪਸ਼ਨ, ਇਹਨੇ ਕਿਹੜਾ ਕਿਹੜਾ ਗਲਤ ਹੈ, ਪਰ ਆਹ ਪ੍ਰਸ਼ਨ ਟਾਈਪ ਗਲਤੀ ਨਾਲ ਟਾਈਪ ਹੋਇਆ ਲੱਗਦਾ ਬੱਚੇ ਤੋਂ, ਠੀਕ ਹੈ ਜੀ। ਇੱਥੇ ਨਾ ਲਿਖਣਾ ਸੀ ਉਹ ਲਾਜ਼ਮੀ ਲੋਕ ਸਭਾ ਦਾ ਮੈਂਬਰ ਹੋਣ ਦੇ ਯੋਗ ਹੋਣਾ ਚਾਹੀਦਾ ਗਾ, ਠੀਕ ਹੈ ਜੀ, ਯੋਗ ਹੋਣਾ ਚਾਹੀਦਾ, ਬਣਿਆ ਨਹੀਂ ਹੋਣਾ ਚਾਹੀਦਾ, ਠੀਕ ਹੈ ਜੀ। ਚਲੋ ਕਹਿੰਦੇ ਪਿੰਡਾਂ ਵਿੱਚ ਪਬਲਿਕ ਹੈਲਥ ਕਲੀਨਿਕ ਦੀ ਸਥਾਪਨਾ ਦੈਸ਼ ਪ੍ਰਸ਼ਾਸਨ ਅਧੀਨ ਹੋਈ ਸੀ, ਤੁਹਾਨੂੰ ਪਤਾ ਕਿ ਆਪਣੇ ਕਲੀਨਿਕਾਂ ਬਣੀਆਂ ਹੋਈਆਂ ਪਿੰਡਾਂ ਦੇ ਵਿੱਚ, ਠੀਕ ਹੈ ਜੀ। ਕਹਿੰਦੇ ਜਿਹੜੀ ਸਥਾਪਨਾ ਹੋਈ ਸੀ ਉਹ ਕਿਹਦੇ ਅਨੁਸਾਰ ਕੀਤੀ ਗਈ ਸੀ, ਤਾਂ ਉਹ ਕੀਤੀ ਗਈ ਸੀ ਗ੍ਰਾਮ ਪੰਚਾਇਤਾਂ ਦੇ ਤਹਿਤ, ਗ੍ਰਾਮ ਪੰਚਾਇਤਾਂ ਦੇ ਪ੍ਰਸ਼ਾਸਨ ਅਧੀਨ ਪਬਲਿਕ ਹੈਲਥ ਕਲੀਨਿਕਾਂ ਦੀ ਕੀ ਕਰੀ ਗਈ ਸੀ, ਸਥਾਪਨਾ ਕੀਤੀ ਗਈ ਸੀ। ਕਹਿੰਦੇ ਜੀ ਸੋਭਾ ਕੀ ਕਹਿੰਦੇ, ਕਹਿੰਦੇ ਸੋਭਾ, ਸੋਭਾ ਕੀ ਹੈ ਇਹ ਪੁੱਛ ਰਹੇ ਨੇ ਜੀ। ਸੋਭਾ ਇੱਕ ਵਾਇਰਸ ਹੈ ਜਿਹੜਾ ਕਿ ਕੰਪਿਊਟਰ ਨਾਲ ਸੰਬੰਧਿਤ ਹੈ, ਇੱਕ ਮਾਲਵੇਅਰ, ਕਈ ਹੁੰਦੀਆਂ ਰਾਜੀ ਤੁਹਾਨੂੰ ਕੰਪਿਊਟਰ ਦੇ ਵਿੱਚ ਕਰਵਾ ਕੇ ਗਿਆ ਮੈਂ, ਟਰੋਜਨ ਫੋਰਸ ਹੋ ਗਿਆ, ਮਾਲਵੇਅਰ ਹੋ ਗਿਆ, ਠੀਕ ਹੈ ਜੀ, ਹੋਰ ਵੀ ਕਾਫੀ ਵਾਇਰਸ ਹੁੰਦੇ ਹੈਗੇ, ਤਾਂ ਜਿਹੜਾ ਸੋਭਾ ਗਾ ਇਹ ਕਾਫੀ ਚਰਚਾ ਦੇ ਵਿੱਚ ਰਿਹਾ, ਕਰੰਟ ਅਫੇਅਰ ਦਾ ਪ੍ਰਸ਼ਨ ਇਹੋ ਜਿਹੇ ਇੱਧਰ ਪਾਇਆ ਹੋਇਆ, ਠੀਕ ਹੈ ਜੀ। ਕਹਿੰਦੇ ਜੀ ਉਹ ਚੀਨੀ ਯਾਤਰੀ ਨਾਂ ਦੱਸੋ, ਇਹ ਤੁਹਾਨੂੰ ਮੈਂ ਪੰਜਾਬ ਜੀ ਕੇ ਦੇ ਪ੍ਰਸ਼ਨ ਦੇ ਵਿੱਚ ਕਰਵਾਇਆ ਹੋਇਆ ਰਾਜੇ, ਇਹ ਪ੍ਰਸ਼ਨ ਆਲਰੇਡੀ ਦੇਖੋ ਉਹਦੇ ਵਿੱਚੋਂ ਆਇਆ ਹੋਇਆ ਪ੍ਰਸ਼ਨ ਇਹ। ਕਹਿੰਦੇ ਇੱਕ ਚੀਨੀ ਯਾਤਰੀ ਸੀ ਜਿਹਨੇ ਕਹਿੰਦੇ ਭਾਰਤ ਦੇ ਵਿੱਚ ਆ ਕੇ ਪੰਜਾਬ ਦੇ ਜਲੰਧਰ ਸ਼ਹਿਰ ਦਾ ਦੌਰਾ ਕੀਤਾ ਸੀ, ਤਾਂ ਜਦੋਂ ਉਹਨੇ ਜਲੰਧਰ ਸ਼ਹਿਰ ਦਾ ਦੌਰਾ ਦੇਖਿਆ, ਉਹਨੇ ਦੇਖਿਆ ਕਿ ਭਾਈ ਬੁੱਧ ਧਰਮ ਇੱਥੇ ਬਹੁਤ ਜ਼ਿਆਦਾ ਤੇਜ਼ੀ ਨਾਲ ਵੱਧ ਰਿਹਾ ਹੈ, ਠੀਕ ਹੈ ਜੀ। ਕਿਹੜਾ ਸੀ ਉਹ ਹੈਗਾ ਸੀ ਜੀ ਹਿਊਂਗ ਸੈਂਗ, ਠੀਕ ਹੈ ਜੀ, ਹਿਊਂਗ ਸੈਂਗ ਇੱਕ ਚੀਨੀ ਯਾਤਰੀ ਸੀ, ਇਹਨੇ ਸਾਰੀਆਂ ਚੀਜ਼ਾਂ ਦੇਖੀਆਂ ਗਈਆਂ। ਕਹਿੰਦੇ ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਆ ਉਹ ਜਿਹਦੇ ਅਨੁਸਾਰ ਆਪਾਂ ਵਿੱਦਿਅਕ ਸੰਸਥਾਵਾਂ ਦੀ ਸਥਾਪਨਾ ਅਤੇ ਪ੍ਰਬੰਧ ਕਰਨ ਦਾ ਅਧਿਕਾਰ ਹੈ, ਕੀ ਕਹਿ ਰਹੇ ਨੇ ਇਹ। ਤੁਸੀਂ ਦੇਖਿਆ ਹੋਣਾ ਬਹੁਤ ਥਾਵਾਂ 'ਤੇ ਸਿੱਖ ਅਕੈਡਮੀਆਂ ਬਣੀਆਂ ਹੋਈਆਂ ਗੀਆਂ, ਬਹੁਤ ਥਾਵਾਂ 'ਤੇ ਮੁਸਲਿਮ ਕਾਲਜ ਬਣੇ ਹੋਏ ਆ, ਬਹੁਤ ਜਗ੍ਹਾ 'ਤੇ ਤੁਸੀਂ ਦੇਖਿਆ ਨਾ ਈਸਾਈ ਧਰਮ ਵਾਲਿਆਂ ਦੇ ਸਕੂਲ ਖੁੱਲ੍ਹੇ ਹੋਏ ਆ, ਠੀਕ ਹੈ ਜੀ। ਤਾਂ ਇਹ ਆਪਣੀਆਂ ਸੰਸਥਾਵਾਂ ਚਲਾ ਸਕਦੇ ਆ, ਸਕੂਲ ਖੋਲ੍ਹ ਸਕਦੇ ਆ, ਕਾਲਜ ਖੋਲ੍ਹ ਸਕਦੇ ਆ, ਇਹ ਕਿਹੜੀ 'ਚ ਗੱਲ ਕੀਤੀ ਗਈ। ਦੇਖੋ ਆਰਟੀਕਲ 31 ਨੂੰ ਤਾਂ ਆਪਾਂ ਲਿਖ ਹੀ ਨਹੀਂ ਸਕਦੇ, ਇਹਨੂੰ ਤੁਸੀਂ ਸਿੱਧੇ ਕੱਟ ਸਕਦੇ ਹੋ। ਕਿਉਂ ਕੱਟ ਸਕਦੇ ਹੋ? ਕਿਉਂਕਿ ਆਰਟੀਕਲ ਜਿਹੜਾ ਆਪਣਾ ਹੈਗਾ ਗਾ ਇਹ ਰਾਈਟ ਆਫ ਪ੍ਰੋਪਰਟੀ ਨਾਲ ਸੰਬੰਧਿਤ ਹੈਗਾ, ਰਾਈਟ ਆਫ ਪ੍ਰੋਪਰਟੀ ਜਿਹਨੂੰ ਕੱਟਤਾ ਸੀ ਇਹਨਾਂ ਨੇ, ਅਤੇ 300A ਦੇ ਵਿੱਚ ਪਾਤਾ ਸੀ, ਇਹਨੂੰ ਇੱਕ ਕੀ ਬਣਾਤਾ ਸੀ, ਲੀਗਲ ਰਾਈਟ ਬਣਾਤਾ ਸੀ, ਤਾਂ ਇਹ ਤਾਂ ਕੱਟ ਸਕਦੇ ਹੋ। ਤਾਂ ਇਹ ਆਨਸਰ ਆਊਗਾ ਇਹਦਾ ਰਾਈਟ ਆਰਟੀਕਲ 30 ਦੇ ਤਹਿਤ, ਠੀਕ ਹੈ ਜੀ, ਇਹ ਕੰਮ ਆਪਾਂ ਕਰ ਸਕਦੇ ਹਾਂ, ਠੀਕ ਹੈ ਜੀ, ਇਹ ਕਰ ਸਕਦੇ ਹਾਂ। ਚਲੋ ਕਹਿੰਦੇ ਪੰਜਾਬ ਦਾ ਭੂਗੋਲ ਏਰੀਆ ਕਿੰਨੇ ਕਿਲੋਮੀਟਰ ਪਰ ਸਕੇਅਰ ਹੈਗਾ, ਕਿਲੋਮੀਟਰ ਪਰ ਸਕੇਅਰ ਆਊਗਾ 50,362 ਕਿਲੋਮੀਟਰ ਪਰ ਸਕੇਅਰ ਜਿਹੜਾ ਪੰਜਾਬ ਦਾ ਭੂਗੋਲਿਕ ਏਰੀਆ ਹੈਗਾ, ਠੀਕ ਹੈ ਜੀ। ਕਹਿੰਦੇ ਜੀ ਵਿਸਾਖੀ ਵਾਲੇ ਦਿਨ 10ਵੇਂ ਗੁਰੂ ਸਾਹਿਬਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕਿਸ ਸਾਲ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਸੀ, 1699 ਨੂੰ, ਠੀਕ ਹੈ ਜੀ, 30 ਅਪ੍ਰੈਲ 1699। ਕਹਿੰਦੇ ਨਿਮਨ ਲਿਖਤ ਦੇ ਵਿੱਚੋਂ ਜੇਕਰ ਤੁਸੀਂ ਭਾਰਤ ਦੇ ਵਿੱਚ ਨਾਗਰਿਕਤਾ ਪ੍ਰਾਪਤ ਕਰਨੀ ਹੈ, ਠੀਕ ਹੈ ਜੀ, ਭਾਰਤ ਦੇ ਵਿੱਚ ਆਪਾਂ ਨਾਗਰਿਕਤਾ ਪ੍ਰਾਪਤ ਕਰਨੀ ਹੈ, ਠੀਕ ਹੈ ਜੀ, ਅਤੇ ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜਾ ਤਰੀਕਾ ਨਹੀਂ ਮੰਨਿਆ ਜਾਊਗਾ, ਇਹਨਾਂ ਦੇ ਵਿੱਚੋਂ ਕਿਹੜਾ ਤਰੀਕਾ ਨਹੀਂ ਮੰਨਿਆ ਜਾਊਗਾ, ਆਪਾਂ ਤੋਂ ਇਹ ਪੁੱਛ ਰਹੇ ਨੇ। ਬਾਈ ਬਰਥ, ਜੇਕਰ ਤੁਹਾਡਾ ਜਨਮ ਭਾਰਤ ਦੇ ਵਿੱਚ ਹੁੰਦਾ ਤਾਂ ਤੁਸੀਂ ਭਾਰਤ ਦੇ ਨਾਗਰਿਕ ਬਣੋਗੇ, ਠੀਕ ਹੈ ਜੀ, ਬਾਈ ਰਜਿਸਟ੍ਰੇਸ਼ਨ ਕਰਾ ਕੇ, ਰਜਿਸਟ੍ਰੇਸ਼ਨ ਜਦੋਂ ਆਪਣੀ ਹੋ ਗਈ ਫਿਰ ਵੀ ਆਪਾਂ ਭਾਰਤ ਦੇ ਨਾਗਰਿਕ ਬਣ ਸਕਦੇ ਹਾਂ, ਬਾਈ ਨੈਚੁਰਲੀ ਕਾਰਨ ਜੇਕਰ ਆਪਾਂ ਇੱਥੇ ਰਹਿ ਰਹੇ ਹਾਂ ਕਾਫੀ ਸਮੇਂ ਤੋਂ ਫਿਰ ਵੀ। ਕਹਿੰਦੇ ਬਾਈ ਲੈਂਡ ਐਕੁਏਜ਼ਨ, ਇਹਦਾ ਮਤਲਬ ਕੀ ਹੈ ਕਿ ਜੇਕਰ ਤੁਸੀਂ ਪੰਜਾਬ ਦੇ ਵਿੱਚ ਆ ਕੇ, ਇੰਡੀਆ ਦੇ ਵਿੱਚ ਆ ਕੇ ਤੁਸੀਂ ਉੱਥੇ ਜ਼ਮੀਨ ਖਰੀਦ ਲੈਂਦੇ, ਤੁਸੀਂ ਨਾਲ ਦੇ ਭਾਰਤ ਦੇ ਨਾਗਰਿਕ ਬਣ ਜਾਓਗੇ, ਨਹੀਂ ਬਣ ਸਕਦੇ, ਤਾਂ ਸੀ ਨੰਬਰ ਆਪਸ਼ਨ ਇਹੋ ਜਿਹਾ ਤਰੀਕਾ ਜਿਹਦੇ ਨਾਲ ਆਪਾਂ ਭਾਰਤ ਦੇ ਨਾਗਰਿਕ ਨਹੀਂ ਬਣ ਸਕਦੇ। ਕੋਈ ਮੈਨੂੰ ਦੱਸ ਸਕਦਾ ਕਿ ਪੰਜਾਬ ਇੰਡੀਆ ਦੇ ਵਿੱਚ ਸਿੰਗਲ ਸਿਟੀਜ਼ਨਸ਼ਿਪ ਹੈ ਕਿ ਡਬਲ ਜਾਂ ਡਿਊਲ ਸਿਟੀਜ਼ਨਸ਼ਿਪ ਹੈ ਜੀ? ਸਿੰਗਲ ਸਿਟੀਜ਼ਨਸ਼ਿਪ ਹੈ ਜੇਕਰ ਆਪਾਂ ਭਾਰਤ ਦੇ, ਜੇਕਰ ਆਪਾਂ ਕਿਸੇ ਹੋਰ ਦੇਸ਼ ਦੇ ਨਾਗਰਿਕ ਬਣ ਜਾਂਦੇ ਹਾਂ ਰਾਜੇ, ਠੀਕ ਹੈ ਜੀ,
ਤਾਂ ਆਪਾਂ ਭਾਰਤ ਦੇ ਨਾਗਰਿਕਾਂ ਦੀ ਆਪਣੇ ਇੱਧਰੋਂ ਵੋਟ ਐਟੋਮੈਟਿਕ ਕੱਟੀ ਜਾਊਗੀ। ਭਾਰਤ ਦਾ ਨਾਗਰਿਕ ਬਣਨਾ ਵੀ ਕੋਈ ਸੌਖਾ ਕੰਮ ਨਹੀਂ ਹੈਗਾ, ਠੀਕ ਹੈ ਜੀ। ਕਹਿੰਦੇ ਬੇਬੇ ਨਾਨਕੀ ਲਾਡਲੀ ਕਲਿਆਣ ਸਕੀਮ ਦੇ ਤਹਿਤ ਦੈਸ਼ ਦੀ ਰਕਮ LIC ਦੀ ਪ੍ਰਤੀ ਲੜਕੀ ਜਾਂ ਪ੍ਰਤੀ ਲਾਭਪਾਤਰੀ ਜਮ੍ਹਾਂ ਕੀਤੀ ਜਾਂਦੀ ਹੈ। ਕਿੰਨੀ ਜਗ੍ਹਾ ਕਿੰਨੀ ਜਮ੍ਹਾਂ ਕੀਤੀ ਜਾਂਦੀ? 20,000, ਠੀਕ ਹੈ ਜੀ, 20 ਸਾਲ, ਇਹ ਗੱਲ ਯਾਦ ਰੱਖਣੀ, 20,000 ਸੋਰੀ। ਕਹਿੰਦੇ ਪੰਜਾਬ ਦਾ ਉਹ ਕਿਹੜਾ ਡਾਂਸ ਹੈਗਾ ਜਿਹੜਾ ਕੈਨੇਡਾ, UK, ਅਮਰੀਕਾ ਦੇ ਵਿੱਚ, ਪੱਛਮੀ ਸੰਸਾਰ ਵਿੱਚ ਕਾਫੀ ਮਸ਼ਹੂਰ ਮੰਨਿਆ ਜਾਂਦਾ ਹੈਗਾ ਜਾਂ ਹੈਗਾ ਹੈਗਾ? ਇਹ ਹੈਗਾ ਜੀ ਆਪਣਾ ਭੰਗੜਾ। ਡੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਅਤੇ ਐਕੂਰੇਟ ਆਂਸਰ ਹੈ। ਇਹਦਾ ਰਾਜੇ ਅੱਜ ਦੇ ਆਪਣੇ 25 ਪ੍ਰਸ਼ਨ, ਦੇਖੋ ਮੈਂ ਹੌਲੀ ਹੌਲੀ ਵਧਾ ਰਿਹਾ ਹੈਗਾ ਕਿਉਂਕਿ ਕੱਲ੍ਹ ਲੈਕਚਰ ਲੱਗਿਆ ਨਹੀਂ ਸੀ, ਇੱਕ ਦੋ ਦਿਨ ਸ਼ਾਇਦ ਲੈਕਚਰ ਲੱਗੇ ਨਹੀਂ ਆਪਣੇ, ਜਿਹਦੇ ਕਰਕੇ ਮੈਨੂੰ ਇਹ ਪ੍ਰਸ਼ਨ ਤੁਹਾਡੇ ਮੈਂ ਉਹ ਵੀ ਪੂਰੇ ਕਰਦੇ ਨੇ, ਠੀਕ ਹੈ ਜੀ। ਤਾਂ 25 ਪ੍ਰਸ਼ਨ ਅੱਜ ਵੀਡੀਓ ਦੇ ਵਿੱਚ ਕਵਰ ਹੋਏ ਆ ਅਤੇ ਜਲਦੀ ਤੁਹਾਡੇ ਵਾਸਤੇ ਮੈਂ ਇੱਕ ਪੰਜਾਬੀ ਦੀ ਸੀਰੀਜ਼ ਸ਼ੁਰੂ ਕਰ ਰਿਹਾ MCQ ਦੀ, ਠੀਕ ਹੈ ਜੀ, ਪੰਜਾਬੀ ਦੀ ਸੀਰੀਜ਼ ਸ਼ੁਰੂ ਕਰ ਰਿਹਾ ਅਤੇ ਇੱਕ ਮੈਥ ਦੀ ਜਲਦ ਹੀ, ਠੀਕ ਹੈ ਜੀ। ਅਤੇ ਕਰੰਟ ਅਫੇਅਰ ਦੀ ਕਲਾਸ ਤੁਹਾਡੀ ਅੱਜ ਸ਼ਾਮ ਰਾਤ ਨੂੰ ਲੱਗ ਜੂਗੀ, 11 ਤੋਂ ਲੈ ਕੇ 20 ਤਰੀਕ ਦੇਖਦੇ ਤੁਹਾਡੇ ਮਈ ਦੇ ਕਰੰਟ ਅਫੇਅਰ ਮੈਂ ਕੰਪਲੀਟ ਕਰਵਾ ਦੂੰਗਾ, ਠੀਕ ਹੈ ਜੀ। ਧੰਨਵਾਦ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਅਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਦਿਆ ਕਰੋ ਰਾਜੇ। ਅਤੇ ਬਾਕੀ ਜੇ ਕੋਈ ਕਿਸੇ ਨੇ ਜੁਆਇਨ ਕਰਨਾ ਚਾਹੁੰਦਾ, ਹਜੇ ਵੀ ਤੁਹਾਡੇ ਕੋਲ ਟਾਈਮ ਹੈਗਾ ਰਾਜੇ, ਸਿਲੇਬਸ ਕੋਈ ਬਾਹਲਾ ਨਹੀਂ ਹੈਗਾ, ਜੇਕਰ ਤੁਸੀਂ ਦਿਨ ਦੇ ਵਿੱਚ ਵਧੀਆ ਤਿਆਰੀ ਕਰ ਸਕਦੇ ਹੋ ਤਾਂ ਅੱਜ ਤੋਂ ਹੀ ਤੁਸੀਂ ਰਾਜੇ ਬੈਚ ਤੋਂ ਤਿਆਰੀ ਕਰਕੇ ਆਪਣੇ ਤੋਂ ਆਪਦੀ ਸਟੱਡੀ ਕੰਪਲੀਟ ਅਤੇ ਕੰਟੀਨਿਊ ਰੱਖ ਸਕਦੇ ਹੋ। ਧੰਨਵਾਦ ਮੇਰੇ ਦੋਸਤੋ ਜਿਉਂਦੇ ਵਾਸਤੇ।